एवरीवन, की हाल है तुहाडा सारेयां दा। आई होप तुसी अपने अपने घर दे विच बहुत ही वधिया होंगे ते वीकेंड मना रहे होंगे। वेलकम बैक टू आवर वीकेंड ब्लॉग। वीकेंड ब्लॉग दे विच तुहाडा बहुत बहुत स्वागत है। इधर वेख लो, मेरे कोल बैठ जांदियां जदों भी मैं ब्लॉग शुरू कर दियां ना, मेरे कोल बैठ जांदियां वा ते अपना रोला पाना शुरू कर दंदियां ते मैनूं वीडियो शूट ही नहीं करन दिंदे। केड़ा मेकअप आया ना टेंडी पिन नास्तिया मैंने तेरी लगते क्यों है बच्चे क्यों है शी शॉर्ट लगी गाइस ਜ਼ਰੂਰੀ ਕਰ ਦਿੱਤਾ ਆ ਤੇ ਹਨਾ ਹੁਣ ਇਹਦੀ ਆਈਜ਼ ਵਿੱਚ ਪ੍ਰੋਬਲਮ ਹੋ ਗਈ ਆ ਤੇ ਮੈਨੂੰ ਟੈਨਸ਼ਨ ਹੋਈ ਆ ਕਿ ਕੋਈ ਜ਼ਿਆਦਾ ਪ੍ਰੋਬਲਮ ਨਾ ਹੋ ਜਾਵੇ ਤੇ ਇਹਦਾ ਪਹਿਲਾ ਦਿਨ ਮਿਸ ਨਾ ਹੋ ਜਾਵੇ ਕਿਉਂਕਿ ਪਹਿਲੇ ਦਿਨ ਨੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਦੱਸਦੇ ਆ। ਚਲੋ ਉਹ ਤਾਂ ਨੈਕਸਟ ਵੀਕ ਦੀ ਗੱਲ ਆ, ਆਪਾਂ ਹੁਣ ਇਸ ਵੀਕ 'ਤੇ ਆਉਂਦੇ ਹਾਂ। ਇਸ ਵੀਕ 'ਤੇ ਤੁਹਾਨੂੰ ਪਤਾ ਸੀ ਜਨਮ ਅਸ਼ਟਮੀ ਆ, ਹੈਪੀ ਜਨਮ ਅਸ਼ਟਮੀ ਟੂ ਆਲ ਆਫ ਮਾਈ ਯੂਟਿਊਬ ਫੈਮਿਲੀ। ਅਤੇ ਜਨਮ ਅਸ਼ਟਮੀ ਤੁਹਾਨੂੰ ਪਤਾ ਫੋਰਨ ਕੰਟਰੀਜ਼ ਦੇ ਵਿੱਚ ਜਨਮ ਅਸ਼ਟਮੀ ਕਿੱਦਾਂ ਮਨਾਉਂਦੇ ਹੋਣੇ ਆ, ਨੋਰਮਲ ਕੁਛ ਇੱਥੇ ਨਾ ਕੋਸ਼ਚਿਊਮਸ ਮਿਲਦੇ ਆ ਬੱਚਿਆਂ ਦੇ ਨਾ ਕੁਛ, ਹੈ ਨਾ। ਸ਼ੌਂਕ ਆਉਂਦਾ ਆ ਹਰ ਚੀਜ਼ ਦਾ ਸ਼ੌਂਕ ਹੁੰਦਾ ਆ ਅਤੇ ਮੈਂ ਆਪਣਾ ਸ਼ੌਂਕ ਬਸ ਜੋ ਜੁਗਾੜ ਬਣਦਾ ਜਿੱਦਾਂ ਦਾ ਜੁਗਾੜ ਬਣਦਾ ਉਸੇ ਵਿੱਚ ਹੀ ਪੂਰਾ ਕਰ ਲੈਂਦੇ ਹਾਂ। ਮੇਕਅਪ ਤੇ ਕਰ ਲੈਂਦੇ ਹਾਂ ਆਪਾਂ, ਕੋਸਚਿਊਮਸ ਵਗੈਰਾ ਦੀ ਪ੍ਰੋਬਲਮ ਆਉਂਦੀ ਆ। ਅਤੇ ਇਸ ਵਾਰੀ ਨਾ ਦੀਦੀ ਮਾਂ ਕਹਿੰਦੀ ਸੀ ਮੰਮਾ ਮੈਂ ਰਾਧਾ ਬਣਨਾ ਸ਼ੌਂਕ, ਕਿਉਂਕਿ ਜਦੋਂ ਆਪਾਂ ਸਾਰੇ ਇੰਡੀਆ ਵਗੈਰਾ ਇੰਡੀਆ ਤੋਂ ਫੋਨ ਆਉਂਦਾ ਸਾਰੇ ਦੱਸਦੇ ਅਸੀਂ ਰਾਧਾ ਬਣਨ ਲੱਗੇ, ਅਸੀਂ ਕ੍ਰਿਸ਼ਨ ਬਣਨ ਲੱਗੇ ਅਤੇ ਬੱਚਿਆਂ ਨੂੰ ਸ਼ੌਂਕ ਹੋ ਜਾਂਦਾ ਆ। ਅਤੇ ਇਸ ਵਾਰੀ ਦੀਦੀ ਮਾਂ ਕਹਿੰਦੀ ਮੰਮਾ ਮੈਂ ਰਾਧਾ ਬਣਨਾ, ਮੈਂ ਰਾਧਾ ਬਣਨਾ। ਅਤੇ ਮੈਂ ਇਹਨਾਂ ਨੂੰ ਕਿਵੇਂ ਤਿਆਰ ਕੀਤਾ, ਕੀ ਜੁਗਾੜ ਲਾ ਕੇ ਇਹਨਾਂ ਦੇ ਕੋਸਚਿਊਮ ਬਣਾਏ, ਇਹਨਾਂ ਨੂੰ ਰੈਡੀ ਕੀਤਾ ਅਤੇ ਇਹਨਾਂ ਦੀਆਂ ਵੀਡੀਓਜ਼ ਬਣਾਈਆਂ। ਚਲੋ ਅੱਜ ਦੇ ਵਲੋਗ ਵਿੱਚ ਤੁਹਾਨੂੰ ਮੈਂ ਦਿਖਾਉਂਦੀ ਹਾਂ। ਅਤੇ ਥੋੜ੍ਹਾ ਇਸ ਵਲੋਗ ਦੇ ਵਿੱਚ ਮੇਰੇ ਵੱਡੇ ਦੀਦੀ ਨਾ ਕਾਨਾ ਜੀ ਨੂੰ ਬਹੁਤ ਜ਼ਿਆਦਾ ਮੰਨਦੇ ਆ ਅਤੇ ਉਹਨਾਂ ਨੇ ਘਰ ਠਾਕੁਰ ਜੀ, ਕਾਨਾ ਜੀ ਅਤੇ ਛੋਟੇ ਲੱਡੂ ਗੋਪਾਲ ਰੱਖੇ ਹੋਏ ਆ, ਉਹ ਕਿੱਦਾਂ ਆਪਣੇ ਘਰ ਪੂਜਾ ਕਰਦੇ ਜਨਮ ਅਸ਼ਟਮੀ ਦੀ, ਅੱਜ ਦੇ ਵਲੋਗ ਦੇ ਵਿੱਚ ਇਹ ਸਭ ਹੋਏਗਾ। ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਇਹਦੀ ਸੁਣ ਲਓ ਇਹ ਕੀ ਕਹਿੰਦੀ ਪਈ ਆ। ਦੰਦ ਕਿੱਦਾਂ ਟੁੱਟ ਗਿਆ ਤੇਰਾ? ਦੀਦੀ ਮਾਂ ਦਾ ਨਾ ਦੰਦ ਟੁੱਟਣ ਵਾਲਾ ਸੀਗਾ ਤੇ ਨਾ ਦੀਦੀ ਮਾਂ ਨੇ ਨਾ ਕਾਫੀ ਦਿਨ ਹਿਲਾਉਂਦੀ ਰਹੀ ਪਰ ਉਹਦਾ ਕੁਛ ਕੀਤਾ ਨੀ, ਦੰਦ ਤੇ ਟੁੱਟਾ ਨੀ, ਪਿੱਛੋਂ ਦੰਦ ਜ਼ਰੂਰ ਆ ਗਿਆ। ਇਹ ਤਾਂ ਮੰਮਾ ਨਵਾਂ ਦੋ ਆਉਣ ਲੱਗ ਗਿਆ, ਮੇਰਾ ਪੁਰਾਣਾ ਵਾਲਾ ਤਾਂ ਹਲੇ ਇੱਥੇ ਹੀ ਆਇਆ, ਹਿੱਲੀ ਜਾਂਦਾ ਆ। ਅਤੇ ਗੌਰਵ ਨੇ ਫਿਰ ਥਰੈਡ ਪਾ ਕੇ ਨਾ ਇਹਦੇ ਮਾਊਥ ਦੇ ਵਿੱਚ ਉਹਨੂੰ ਗੰਢ ਲਗਾ ਕੇ ਉਹ ਕੱਢਿਆ ਅਤੇ ਹੁਣ ਇਹਦਾ ਮੈਡਮ ਜੀ ਦਾ ਤੀਰ ਟੁੱਟ ਗਿਆ ਆ ਅਤੇ ਪਿੱਛੇ ਨਵੇਂ ਤੀਰਥ ਦੀ ਐਂਟਰੀ ਵੀ ਹੋ ਰਹੀ ਆ। ਚਲੋ ਦੇਖਦੇ ਆ ਕਿ ਪਿੱਛੇ ਵਾਲਾ ਕੀ ਆਉਂਦਾ ਵਾ ਤੇ ਨਵਾਂ ਨਿਕਲਦਾ। ਇਹ ਤੇ ਹੁਣ ਜਦੋਂ ਨਿਕਲੇਗਾ ਤਾਂ ਨੋਟ ਮੈਂ ਦਵਾਂਗੀ। ਗਾਇਸ ਦਰਦ ਹੋਈ ਨਹੀਂ ਸੀ ਮੇਰੇ, ਕਹਿੰਦੇ ਮੰਮਾ ਮੈਨੂੰ ਬਿਲਕੁਲ ਦਰਦ ਨਹੀਂ ਹੋਈ, ਜਦਕਿ ਜਦੋਂ ਇਹਦੇ ਹੋ ਰਿਹਾ ਸੀ ਤੇ ਦਰਦ ਮੈਨੂੰ ਹੋ ਰਹੀ ਸੀ, ਮੈਨੂੰ ਇਹ ਸੀਗਾ ਕਿ ਹਾਏ ਬਹੁਤ ਜ਼ਿਆਦਾ ਦਰਦ ਹੋਈ ਹੋਣੀ ਗੁੜੀਆ ਨੂੰ, ਪਰ ਇਹ ਕਹਿੰਦੇ ਮੰਮਾ ਮੈਨੂੰ ਬਿਲਕੁਲ ਵੀ ਦਰਦ ਨਹੀਂ ਹੋਈ, ਸਟਰੋਂਗ। ਤੇ ਚਲੋ ਫਿਰ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਤੁਸੀਂ ਕੀ ਕਹਿਣਾ ਆ, ਤੇਰਾ ਨਹੀਂ ਦੋ ਟੁੱਟਿਆ ਤੇਰੇ, ਕਦੋਂ ਟੁੱਟਣੇ ਆ, ਬੁੱਢੀ ਹੋ ਜਾਣਾ ਤੂੰ? ਨਹੀਂ ਉਦੋਂ ਨਹੀਂ ਟੁੱਟਣੀ, ਸਿੱਸੋ ਹੋ ਗਈ, ਨਹੀਂ ਬੁੱਢੀ ਹੋਣਾ, ਸਿੱਸੋ ਹੋ ਕੇ ਫੇਰ ਟੁੱਟਣਾ ਚਾਹੀਦਾ। ਮੇਰਾ ਟੁੱਟੇ ਤੇਰੇ ਸਿੱਸੋ ਹੋ ਕੇ ਟੁੱਟਣਗੇ? ਹਾਂਜੀ ਮੇਰਾ ਟੁੱਟਿਆ, ਨਹੀਂ ਟੁੱਟਦੇ ਤੇਰੇ ਤੀਥ ਐਵੇਂ ਹੀ ਰਹਿਣੇ ਆ, ਠੀਕ ਆ, ਤੇਰੇ ਹੁਣ ਖੁਸ਼ ਹੋ ਗਈ ਹੈ। ਤੇ ਚਲੋ ਗਾਇਸ ਇਹਨਾਂ ਦੀ ਮਸਤੀ ਐਵੇਂ ਚੱਲ ਜਾਰੀ ਰਹਿੰਦੀ ਆ। ਤੇ ਚਲੋ ਫਿਰ ਗਾਇਸ ਮਿਲਦੇ ਆ ਵਲੌਗ ਦੇ ਵਿੱਚ।
ਤੇ ਚਲੋ ਆਪਾਂ ਆਪਣੇ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਦੀਦੀ ਦੇ ਘਰ ਤੋਂ, ਜਿਨ੍ਹਾਂ ਨੇ ਲੱਡੂ ਗੋਪਾਲ ਦਾ ਸਵਰੂਪ ਆਪਣੇ ਕੋਲ ਰੱਖਿਆ ਹੋਇਆ ਆ ਅਤੇ ਉਹ ਲੱਡੂ ਗੋਪਾਲ ਜੀ ਨੂੰ ਬਹੁਤ ਜ਼ਿਆਦਾ ਮੰਨਦੇ ਨੇ ਅਤੇ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰ ਰਹੇ ਆ। ਦੇਖੋ ਉਹਨਾਂ ਨੇ ਲੱਡੂ ਗੋਪਾਲ, ਜੁਗਲ ਜੋੜੀ ਅਤੇ ਕਾਨਾ ਜੀ ਰੱਖੇ ਹੋਏ ਆ। ਉਹਨਾਂ ਨੇ ਸਾਰੀ ਡੈਕੋਰੇਸ਼ਨ ਕਰ ਲਈ ਅਤੇ ਉਹਨਾਂ ਸਭ ਤੋਂ ਪਹਿਲਾਂ ਤੁਹਾਨੂੰ ਡੈਕੋਰੇਸ਼ਨ ਦਿਖਾਉਂਦੇ ਹਾਂ, ਬੈਲੂਨਸ ਵਗੈਰਾ ਕਿੱਦਾਂ ਉਹਨਾਂ ਨੇ ਸੋਹਣੀ ਤਰੀਕੇ ਨਾਲ ਲਾ ਦਿੱਤੇ ਹੋਏ ਅਤੇ ਮੈਂ ਮੰਦਰ ਨੂੰ ਸਜਾ ਦਿੱਤਾ ਹੋਇਆ ਆ। ਅਤੇ ਹੁਣ ਨਾ ਦੀਦੀ ਹੁਣੀ ਕਾਨਾ ਜੀ ਨੂੰ ਰੈਡੀ ਕਰਨ ਲੱਗੇ ਆ ਬਰਥਡੇ ਵਾਸਤੇ, ਅਤੇ ਚਲੋ ਵੇਖਦੇ ਹਾਂ ਕਿਵੇਂ ਰੈਡੀ ਕਰਦੇ ਆ। ਲਓ ਜੀ, ਕਾਨਾ ਜੀ ਦਾ ਪੰਚਾਮ੍ਰਿਤ ਦੇ ਨਾਲ ਇਸ਼ਨਾਨ ਹੋ ਗਿਆ ਕੰਪਲੀਟ, ਅਤੇ ਕਾਨਾ ਜੀ ਨੇ ਆਪਣੇ ਵਸਤਰ ਪਾ ਲਏ ਆ। ਅਤੇ ਵਸਤਰ ਦੇਖੋ ਕਾਨਾ ਜੀ ਦੇ ਕਿੰਨੇ ਸੋਹਣੇ ਆ, ਮੋਰ ਪੰਖ ਵਾਲੇ। ਮੋਰ ਪੰਖ ਤਾਂ ਵੈਸੇ ਉਹਨਾਂ ਨੂੰ ਬਹੁਤ ਪ੍ਰੀ ਆ, ਉਹ ਤਾਂ ਸਿਰ 'ਤੇ ਸਜਾਉਂਦੇ ਆ ਅਤੇ ਕਿੰਨੇ ਮਨਮੋਹਕ ਲੱਗ ਰਹੇ ਆ। ਅਤੇ ਦੀਦੀ ਉਹਨਾਂ ਦਾ ਸ਼ਿੰਗਾਰ ਕਰਦੇ ਪਏ ਆ ਬਰਥਡੇ ਵਾਸਤੇ। ਲਓ ਜੀ, ਕਾਨਾ ਜੀ ਦਾ ਸ਼ਿੰਗਾਰ ਹੋ ਗਿਆ ਆ ਅਤੇ ਦੇਖੋ ਕਿੰਨੇ ਮਨਮੋਹਕ ਲੱਗ ਰਹੇ ਆ। ਲਓ ਜੀ, ਕਾਨਾ ਜੀ ਦੇ ਬਰਥਡੇ ਦੀ ਤਿਆਰੀ ਤਾਂ ਹੋ ਗਈ ਆ ਅਤੇ ਚਲੋ ਹੁਣ ਕਾਨਾ ਜੀ ਦੀ ਆਰਤੀ ਕਰਦੇ ਹਾਂ। ਜੀ, ਸਾਡੀ ਕੁੜੀ ਨੂੰ ਕਾਨਾ ਜੀ ਦੀ ਧੁਨ ਸਵਾਰ ਹੋ ਗਈ ਹੈ ਅਤੇ ਬਾਵਰੀ ਹੋ ਕੇ ਨੱਚਦੀ ਪਈ ਆ।
ਚਲੋ ਦੀਦੀ ਹੁਣਾਂ ਨੇ ਕਾਨਾ ਜੀ ਦੀ ਪੂਜਾ ਕਰ ਲਈ ਹੈ ਅਤੇ ਚਲੋ ਹੁਣ ਵਾਪਸ ਆ ਜਾਓ ਫਰਾਂਸ ਅਤੇ ਤੁਹਾਨੂੰ ਰਿਧੀਮਾ ਰਿਹਾਨਾ ਦਿਖਾਉਂਦੇ ਹਾਂ ਕਿ ਮੈਂ ਜੁਗਾੜ ਕਰਕੇ ਤਿਆਰ ਕੀਤੀਆਂ ਮੈਂ। ਦੇਖੋ ਰਿਹਾਨਾ ਨੂੰ ਮੈਂ ਕਾਨਾ ਬਣਾਇਆ ਸੀ ਅਤੇ ਉਹਨੂੰ ਮੇਰਾ ਦੁਪੱਟਾ ਪਿਆ ਸੀ ਯੈਲੋ ਕਲਰ ਦਾ, ਉਹਦੇ ਨਾਲ ਹੀ ਇਹਨੂੰ ਤਿਆਰ ਕਰ ਦਿੱਤਾ ਵਾ ਅਤੇ ਇਹਦੇ ਸਿਰ ਦੇ ਉੱਤੇ ਨਾ ਮੋਰ ਪੰਖ ਦੀ ਜਗ੍ਹਾ ਪੱਤੀਆਂ ਲਾਈਆਂ ਹੋਈਆਂ ਵਾ। ਮੇਰੇ ਕੋਲ ਨਕਲੀ ਫਲਾਵਰ ਪੋਟ ਪਿਆ ਸੀਗਾ, ਉਹਦੇ ਵਿੱਚੋਂ ਕੱਢ ਕੇ ਅਤੇ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਆ। ਅਤੇ ਹੁਣ ਨਾ ਆਪਣੇ ਪਾਪਾ ਨੂੰ ਕਹਿੰਦੀ ਪਈ ਆ ਮੇਰੀ ਵੀਡੀਓ ਬਣਾਓ ਪਾਪਾ, ਮੈਂ ਐਵੇਂ ਐਵੇਂ ਕਰਦੀ ਹਾਂ। ਅਤੇ ਦੇਖੋ ਕਿ ਇੱਦਾਂ ਨੱਚਦੀ ਪਈ ਆ। ਇਹਨੂੰ ਇੰਨਾ ਸ਼ੌਂਕ ਸੀ ਨਾ ਕਿ ਮੰਮਾ ਮੈਂ ਕਾਨਾ ਬਣਨਾ, ਮੈਂ ਕਾਨਾ ਬਣਨਾ। ਬੜੇ ਖੁਸ਼ ਹੋਈ, ਭਾਵੇਂ ਉਹਨੂੰ ਜਿੱਦਾਂ ਮਰਜ਼ੀ ਰੈਡੀ ਕਰਤਾ ਵੀ ਉਹ ਇੰਨੇ 'ਚ ਹੀ ਖੁਸ਼ ਹੋ ਗਈ। ਅਤੇ ਦੂਜੇ ਪਾਸੇ ਰਿਧੀਮਾ ਵੀ ਰੈਡੀ ਹੋ ਗਈ ਆ ਅਤੇ ਰੈਡੀ ਹੋ ਕੇ ਕਹਿੰਦੀ ਮੰਮਾ ਮੇਰੀ ਰੀਲ ਬਣਾਓ। ਅਤੇ ਦੇਖੋ ਡਾਂਸ ਕਰ ਕਰਕੇ ਵੀਡੀਓ ਬਣਾਉਂਦੀ ਪਈ ਆ, ਸੋਹਣੀ ਲੱਗਦੀ ਪਈ ਨਾ ਰਿਧੀਮਾ। ਅਤੇ ਇੱਧਰ ਦੇਖੋ ਦੋਨੋਂ ਭੈਣਾਂ ਕਿੱਦਾਂ ਰੀਲ ਬਣਾ ਰਹੀਆਂ ਆਪਣੀ। ਜੋ ਹੈ ਅਲਵੇਲਾ ਮਦ ਨੈਨੋ ਵਾਲਾ, ਜਿਸ ਕੀ ਦੀਵਾਨੀ ਪ੍ਰਿਥੀ ਹਰ ਵਾਲਾ, ਉਹ ਕਿਸ ਨਾ ਹੈ। ਚਲੋ ਗਾਈਜ਼, ਇੱਥੇ ਹੀ ਹੁਣ ਅਸੀਂ ਆਪਣੇ ਬਲੌਗ ਦਾ ਐਂਡ ਕਰਦੇ ਹਾਂ। ਤਾਂ ਮਿਲਦੇ ਹਾਂ ਫਿਰ ਅਗਲੇ ਵੀਕਐਂਡ ਅਗਲੇ ਬਲੌਗ ਦੇ ਨਾਲ। ਤਦ ਤੱਕ ਲਈ ਬਾਏ ਬਾਏ। ਆਈ ਹੋਪ ਤੁਹਾਨੂੰ ਸਾਡਾ ਅੱਜ ਦਾ ਬਲੌਗ ਚੰਗਾ ਲੱਗਾ ਹੋਏਗਾ। ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਚੰਗਾ ਲੱਗਿਆ ਹੋਵੇ ਸਾਡੇ ਬਲੌਗ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਤਾਂ ਮਿਲਦੇ ਹਾਂ ਫਿਰ ਅਗਲੇ ਵੀਕਐਂਡ ਅਗਲੇ ਬਲੌਗ ਦੇ ਨਾਲ। ਤਦ ਤੱਕ ਲਈ ਥੈਂਕਸ ਫਾਰ ਵਾਚਿੰਗ, ਬਾਏ ਬਾਏ, ਐਂਡ ਪਲੀਜ਼ ਸਬਸਕ੍ਰਾਈਬ ਆਰ ਚੈਨਲ। ਜਾਣਾ ਕਰੋ ਕਿ ਪਲੀਜ਼ ਸਬਸਕ੍ਰਾਈਬ, ਹਾਂ ਸਬਸਕ੍ਰਾਈਬ ਮਾਈ ਚੈਨਲ। ਬਾਏ 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 ਬਾਏ।